ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MSW Study for Job ਦੇ ਵਿੱਚ। ਤੁਸੀਂ ਦੇਖ ਰਹੇ ਹੋ MSW Study for Job। ਇੱਕ ਵਾਰ ਫਿਰ ਤੁਹਾਡੇ ਲਈ ਜਿਹੜਾ ਅਸੀਂ ਨਵੀਂ ਵੈਕੈਂਸੀ ਲੈ ਕੇ ਹਾਜ਼ਰ ਹੋਏ ਹਾਂ। ਦੇਖ ਸਕਦੇ ਹੋ ਤੁਸੀਂ ਗੌਰਮੈਂਟ ਆਫ ਇੰਡੀਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਵੱਲੋਂ ਜਿਹੜੀ ਵੈਕੈਂਸੀ ਦਿੱਤੀ ਗਈ ਹੈ, ਬਿਲਕੁਲ ਸਰਕਾਰੀ ਜੋਬ ਹੈ। ਇਸ ਜੋਬ ਬਾਰੇ ਗੱਲ ਕਰ ਲਈਏ, ਤੁਸੀਂ ਦੇਖ ਸਕਦੇ ਹੋ ਜੋ ਵੈਕੈਂਸੀ ਹੈ ਪਾਸਪੋਰਟ ਆਫਿਸਰ ਦੀ ਵੈਕੈਂਸੀ ਹੈ। ਪੂਰੀ ਜਾਣਕਾਰੀ ਇਸ ਵੀਡੀਓ ਦੇ ਐਂਡ ਤੱਕ ਜ਼ਰੂਰ ਮਿਲ ਜਾਏਗੀ ਤੁਹਾਨੂੰ। ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ, ਕਿਸ ਤਰ੍ਹਾਂ ਅਪਲਾਈ ਕਰਨਾ ਆਫਲਾਈਨ ਹੈ ਜਾਂ ਆਨਲਾਈਨ ਹੈ। ਜੋ ਚੈਨਲ ਨੂੰ ਪਹਿਲੀ ਵਾਰ ਦੇਖੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਲ ਇੰਡੀਆ ਵਿੱਚ ਚਾਹੇ ਆਲ ਪੰਜਾਬ ਦੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣਗੇ। ਜੋ PSTET ਦੀ ਤਿਆਰੀ ਕਰ ਰਹੇ ਸਾਡੇ ਚੈਨਲ ਨਾਲ ਜੁੜ ਕੇ, ਸਾਰੇ ਹੀ ਸਬਜੈਕਟ ਨਾਲ ਸੰਬੰਧਿਤ ਵੀਡੀਓ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਲਿੰਕ 'ਤੇ ਦੇਖ ਸਕਦੇ ਹੋ। ਸਟਾਰਟ ਕਰ ਲਵਾਂਗੇ ਇਸ ਪੋਸਟ ਬਾਰੇ, ਜਿਹੜੀ ਪਾਸਪੋਰਟ ਆਫਿਸਰ ਦੀ ਵੈਕੈਂਸੀ ਹੈ। 4 ਵੈਕੈਂਸੀ ਦਿੱਤੀ ਗਈ ਹੈ, ਟੋਟਲ ਨੰਬਰ ਆਫ ਪੋਸਟ ਜਿਹੜੀ ਹੈ 4 ਹੈ। ਇਲਾਹਾਬਾਦ, ਕੁਚੀਨ, ਜਲੰਧਰ, ਮੁੰਬਈ ਦੇ ਵਿੱਚ ਹੈਗੀ ਹੈ। ਲੇਵਲ 12 ਦੇ ਅਨੁਸਾਰ ਜਿਹੜੀ ਪੇ ਤੁਸੀਂ ਦੇਖ ਸਕਦੇ ਹੋ 78,800 ਤੋਂ ਲੈ ਕੇ 2,92,900 ਜਿਹੜੀ ਤੁਹਾਨੂੰ ਦਿੱਤੀ ਜਾਏਗੀ। ਇਹਦੇ ਵਿੱਚ ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਕੁਆਲੀਫਿਕੇਸ਼ਨ ਤੁਹਾਡੀ ਬੈਚੁਲਰ ਡਿਗਰੀ ਰਹੇਗੀ, 10 ਈਅਰ ਦਾ ਐਕਸਪੀਰੀਅੰਸ, ਤੁਹਾਡਾ ਪਾਸਪੋਰਟ ਔਰ ਕੌਂਸਲਰ ਔਰ ਇਮੀਗ੍ਰੇਸ਼ਨ ਦੇ ਵਿੱਚ ਜੇਕਰ ਹੈਗਾ ਤੁਸੀਂ ਉਸ ਨੂੰ ਅਪਲਾਈ ਕਰ ਸਕਦੇ ਹੋ। ਉਸ ਤੋਂ ਨੈਕਸਟ ਪੋਸਟ ਹੈਗੀ ਹੈ ਡਿਪਟੀ ਪਾਸਪੋਰਟ ਆਫਿਸਰ ਦੀ ਹੈਗੀ ਹੈ। 3 ਵੈਕੈਂਸੀ ਹੈ, ਦਿੱਲੀ, ਜਲੰਧਰ, ਸੂਰਤ ਦੇ ਵਿੱਚ ਵੈਕੈਂਸੀ ਹੈ। ਲੇਵਲ 11 ਦੇ ਅਨੁਸਾਰ ਜਿਹੜੀ ਪੇ ਇਸ ਦੇ ਵਿੱਚ ਬਹੁਤ ਹੀ ਵਧੀਆ ਪੇ ਸਕੇਲ ਹੈਗਾ, ਦੇਖ ਸਕਦੇ ਹੋ 67,700 ਤੋਂ ਲੈ ਕੇ 2,87,000 ਰੁਪਏ ਜਿਹੜੇ ਤੁਹਾਨੂੰ ਪੇ ਦੇਖੀਏ। ਇਸ ਦੇ ਵਿੱਚ ਜਿਹੜਾ ਕੁਆਲੀਫਿਕੇਸ਼ਨ ਦੀ ਗੱਲ ਕਰ ਲਈਏ ਤਾਂ ਕੁਆਲੀਫਿਕੇਸ਼ਨ ਦੇ ਵਿੱਚ ਬੈਂਚੁਲਰ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਮਾਨਤਾ ਪ੍ਰਾਪਤ ਯੂਨੀਵਰਸਿਟੀ ਦੇ 7 ਸਾਲ ਦਾ ਜਿਹੜਾ ਐਕਸਪੀਰੀਅੰਸ ਵੀ ਮੰਗਿਆ ਗਿਆ, ਠੀਕ ਹੈ ਜੀ। ਪਾਸਪੋਰਟ ਔਰ ਕੌਂਸਲਰ ਜਾਂ ਇਮੀਗ੍ਰੇਸ਼ਨ ਦੇ ਵਿੱਚ ਜੇਕਰ ਇਸ ਪੋਸਟ ਨੂੰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇੰਟਰਸਟਡ ਕੈਂਡੀਡੇਟ ਇਸ ਪੋਸਟ ਨੂੰ ਜਿਹੜਾ ਇਹਨਾਂ ਦੇ ਮੈਂਸ਼ਨ ਜਿਹੜਾ ਐਡਰੈਸ ਹੈਗਾ ਮੇਨ, ਉਸ 'ਤੇ ਤੁਸੀਂ ਆਫਲਾਈਨ ਅਪਲਾਈ ਕਰੋਗੇ, ਠੀਕ ਹੈ ਜੀ। ਤਾਂ ਦੇਖ ਸਕਦੇ ਹੋ ਇਸ ਦੇ ਵਿੱਚ ਜਿਹੜਾ ਇੱਕ ਫੋਰਮ ਹੈਗਾ, ਤਾਂ ਦੇਖ ਸਕਦੇ ਹੋ ਟੂ ਆਲ ਇਨਵੈਸਟਮੈਂਟ ਡਿਪਾਰਟਮੈਂਟ ਆਫ ਗੌਰਮੈਂਟ ਇੰਡੀਆ, ਜਿਹੜਾ ਇਸ 'ਤੇ ਜਿਹੜਾ ਤੁਸੀਂ ਆਪਣਾ ਇਸ ਨੂੰ ਸੈਂਡ ਕਰ ਦੇਣਾ। ਪੂਰੀ ਡਿਟੇਲ ਦੇਖ ਸਕਦੇ ਹੋ ਤੁਸੀਂ, ਇਹ ਫੋਰਮ ਤੁਹਾਨੂੰ ਇਹਨਾਂ ਅਫੀਸ਼ੀਅਲ ਵੈਬਸਾਈਟ ਤੋਂ ਜਾ ਕੇ ਮਿਲ ਜਾਏਗਾ। ਤੁਸੀਂ ਆਪਣਾ ਜਿਹੜਾ ਜਿੰਨੇ ਵੀ ਕੋਲਮ ਦਿੱਤੇ ਉਹਨਾਂ ਨੂੰ ਭਰ ਕੇ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਆਸ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਏ। ਨੈਕਸਟ ਇਨਫੋਰਮੇਸ਼ਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਇੱਕ ਵਾਰ ਨੋਟੀਫਿਕੇਸ਼ਨ ਨੂੰ ਪੜ੍ਹਨ ਤੋਂ ਬਾਅਦ ਇਸ ਪੋਸਟ ਨੂੰ ਤੁਸੀਂ ਅਪਲਾਈ ਕਰਨਾ। ਥੈਂਕ ਯੂ ਸੋ ਮੱਚ, ਮਿਲਦੇ ਹਾਂ ਇੱਕ ਹੋਰ ਨਵੀਂ ਪੋਸਟ ਲੈ ਕੇ।